ਸਨੌਰ ਦੇ ਨੇੜੇ ਪਿੰਡ ਲਲੀਨਾ ਵਿੱਚ ਸੈਲਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਗੋਦਾਮ ਦੇ ਬਾਹਰ ਈਗੋ ਲਿਮਿਟਡ ਕੰਪਨੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਨਰੇਸ਼ ਗੋਇਲ ਤੇ ਮਨਦੀਪ ਸਿੰਘ ਨੇ ਦੱਸਿਆ ਕਿ 14 ਸੈਲਰ ਐਸੋਸੀਏਸ਼ਨ ਦੇ ਮੈਂਬਰ ਆਪਣਾ ਚਾਵਲ ਇਸ ਗੋਦਾਮ ਵਿੱਚ ਲਗਾ ਰਹੇ ਨੇ, ਪਰ ਇਹ ਗੋਦਾਮ 10 ਵਜੇ ਖੁੱਲ੍ਹਦਾ ਹੈ ਅਤੇ ਸ਼ਾਮ ਨੂੰ 3 ਵਜੇ ਬੰਦ ਹੋ ਜਾਂਦਾ ਹੈ ਅਤੇ ਜੇਕਰ ਉਹ ਆਪਣਾ ਸਮਾਨ ਗੋਦਾਮ ਵਿੱਚ ਰੱਖਣਾ ਚਾਹੁੰਦੇ ਹਨ ਤਾਂ ਉਹਨਾਂ ਤੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਜਦੋਂ ਕਿ ਬਾਹਰ ਤੋਂ ਆਏ ਲੋਕਾਂ ਦਾ ਸਮਾਨ ਗੋਦਾਮ ਵਿੱਚ ਰੱਖ ਲਿਆ ਜਾਂਦਾ ਹੈ। ਪਰ ਦੂਸਰੇ ਪਾਸੇ ਗੋਦਾਮ ਦੇ ਇੰਚਾਰਜ ਸਤਪਾਲ ਸ਼ਰਮਾ ਨੇ ਕਿਹਾ ਕਿ ਉਹ ਕਿਸੇ ਤੋਂ ਪੈਸੇ ਨਹੀਂ ਲੈਂਦੇ ਅਤੇ ਬਿਨਾਂ ਕਿਸੇ ਗੱਲ ਤੋਂ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਹਲਚਲ ਟੀਵੀ ਪੰਜਾਬੀ ਲਈ ਸਨੌਰ ਤੋਂ ਆਸ਼ੂ ਦੀ ਰਿਪੋਰਟ। ਜਦੋਂ ਤੋਂ ਅਸੀਂ ਗੱਡੀਆਂ ਲਾ ਰਹੇ ਹਾਂ ਇਹ ਸ਼ੁਰੂ ਤੋਂ ਹੀ ਸਾਡੇ ਨਾਲ ਧੱਕਾ ਹੋ ਰਿਹਾ ਔਰ ਅੱਕ ਕੇ ਅੱਜ ਸਾਨੂੰ ਧਰਨਾ ਲਾਉਣਾ ਪਿਆ। ਸਾਡੀਆਂ ਗੱਡੀਆਂ ਰੋਕੀਆਂ ਇਹਨਾਂ ਨੇ ਵੀ 3 ਵਜੇ ਔਰ ਗਲਤ ਬੋਲਿਆ ਸਾਨੂੰ ਤਾਂ ਮਿਸਬਿਹੇਵ ਕੀਤਾ ਇਹਨਾਂ ਨੇ, ਮਿਸਬਿਹੇਵ ਪੂਰਾ ਕਰਿਆ ਇਹਨਾਂ ਨੇ। ਅੱਜ ਜਿਹੜਾ ਮਤਲਬ ਬਾਹਰਲੀਆਂ ਪਾਰਟੀਆਂ ਨੂੰ ਇੱਥੇ ਅਲਾਓ ਕਰ ਰਹੇ ਹੈ ਜਿਹਨਾਂ ਨੂੰ ਤਾਂ ਚਾਹੇ ਪੈਸਿਆਂ ਦੀ ਡਿਮਾਂਡ ਕਰਕੇ ਕਰ ਰਹੇ ਹੈ ਅਤੇ ਸਾਨੂੰ ਅਲਾਓ ਨਹੀਂ ਕਰ ਰਹੇ। ਸਾਡੀ ਸਪੇਸ ਖਤਮ ਹੋ ਗਈ ਇੱਥੇ ਇਹਨਾਂ ਨਾਲ, ਉਹ ਇਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਇਹਨਾਂ ਤੋਂ ਪੈਸੇ ਲਓ ਤਾਂ ਇਹਨਾਂ ਦਾ ਕੰਮ ਚਲਾਵਾਂਗੇ। ਇਹ ਕਿੱਥੇ ਪਾਰਟੀ ਕੋਈ ਠੇਕੇ ਦੇ ਇਹ ਮਤਲਬ ਕਿ ਗੋਦਾਮ ਹੈ ਕਿਤੇ ਇਹ ਅਰੀਗੋ ਡਿਪਾਰਟਮੈਂਟ ਹੈ, ਇਹਨਾਂ ਦਾ ਗੌਰਮੈਂਟ ਨਾਲ ਕੰਟੈਕਟ ਹੋਇਆ ਹੋਇਆ ਹੈ। ਅਸੀਂ ਜਿਹੜੇ ਚਾਵਲ ਗੌਰਮੈਂਟ ਨੂੰ ਦੇ ਰਹੇ ਹਾਂ ਇਹਨਾਂ ਦਾ ਡਿਪਾਰਟਮੈਂਟ ਇਹਨਾਂ ਨਾਲ ਸਟੋਰਿੰਗ ਇਹਨਾਂ ਦੇ ਅੰਡਰ ਹੈ, ਸਟੋਰਿੰਗ ਇਹਨਾਂ ਦੇ ਅੰਡਰ ਹੈ। FCI ਕਾ ਟਾਈਮ ਹੈ ਜੋ ਜੀ, ਉਸਕੇ ਟਾਈਮ ਤੇ 3-3, 4-4 ਵਜੇ ਲੈ ਕੇ ਆਤੇ ਹੈ ਡੇਲੀ, 3 ਵਜੇ 3:30 ਹੋਤੀ ਥੀ, ਆਜ 3 ਵਜੇ ਹਮਨੇ ਬੰਦ ਕਰ ਦੀ, ਤੋ ਅਭੀ ਨੋਟਿੰਗ ਕਰ ਰਹੇ ਹੈ ਆਪਣੀ। ਤੋ ਇਨਕਾ ਟਾਈਮਿੰਗ ਪੀਰੀਅਡ ਕਿਆ ਹੈ FCI ਕਾ, ਜੋ ਗਾੜੀ ਲੈ ਕੇ ਆਣਾ ਗਾੜੀ ਲੈ ਕੇ ਜਾਣੀ ਹੈ? 10-3 ਬਤਾਇਆ, 10-3 ਹੈ, 10-3 ਗਾੜੀ ਲੈ ਕੇ ਆਣੀ ਹੈ। ਇਸ ਦਾ ਕਹਿਣਾ ਕਿ ਮਤਲਬ ਹੈ 9-5, 9-4 ਹੈ। ਨਹੀਂ, 10-3 ਬਤਾਇਆ ਮਾਰਕ। ਅੱਛਾ, ਇਹ 3 ਵਜੇ, ਇਹ ਤੋ ਆਪਕੋ ਗੁੰਮਰਾਹ ਕਰ ਰਹੇ ਜੋ ਗਲਤ। ਨਹੀਂ, ਇਨਕਾ ਕਹਿਣਾ ਹੈ ਕਿ ਆਪ ਗਾੜੀ ਜੋ ਹੈ ਵੋ 3 ਵਜੇ ਕੇ ਬਾਅਦ ਆ ਰਹੀ ਹੈ ਨਾ? ਹਾਂ, 3 ਵਜੇ ਕੇ ਬਾਅਦ ਆਈ ਹੈ, 3 ਵਜੇ ਕੇ ਬਾਅਦ, 3 ਵਜੇ ਕੇ ਬਾਅਦ। ਇਹਨਾਂ ਨੇ ਬਲੇਮ ਲਗਾਇਆ ਆਪਕੇ ਪਾਸ ਕਿ ਆਪ ਪੈਸਾ ਲੈ ਕੇ ਗਾੜੀ ਐਂਟਰ ਕਰਵਾ ਦਿਓ। ਤੋ ਪਤਾ ਨਹੀਂ ਕਿਤਨੇ ਕ ਬਲੇਮ ਲਗਾ ਦੇਗੇ ਜੀ, ਸਬੂਤ ਬਤਾ ਦੋ ਭਾਈ, ਕੌਣ ਸੇ ਦਿਆ ਪੈਸਾ ਬਤਾ ਦੇਗੇ, ਬਤਾ ਦੋ ਸਹੀ ਨਾ। ਅੱਛਾ, ਆਪ ਕਿਉਂ, ਤਾਂ ਮੈਂ ਕਹਿ ਦੂੰਗਾ ਆਪਕੋ, ਮੈਨੇ ਆਪਕੋ ਦਿਆ ਪੈਸਾ। ਅੱਛਾ, ਆਪ ਯਹਾਂ ਕੋਈ ਪੈਸੇ ਕਾ ਮਤਲਬ ਕਿ ਬਿਜ਼ਨਸ ਹੀ ਕਰ ਰਹੇ ਕਿ ਪੈਸਾ ਲੈ ਕੇ ਗਾੜੀ ਲੈਣੀ ਹੈ, ਗਾੜੀ ਨਿਕਾਲਣੀ? ਐਸਾ ਕੁਛ ਨਹੀਂ, ਐਸਾ ਕੁਛ ਨਹੀਂ ਹੈ।